ਟੋਟਾ ਡਾਣਾ ਜੀ ਇਹਦਾ ਇਹ ਮੈਂ ਪੰਜ ਨਸਲਾਂ ਤੋਂ ਜਾਣਨਾ ਪੰਜ ਨਸਲਾਂ ਤੋਂ ਸਹੀ ਇਹਦੇ ਜਿਹੜਾ ਪੜਦਾਦੇ ਦਾ ਪਿਓ ਨੂੰ ਵੀ ਮੈਂ ਵੇਖਿਆ ਹੋਇਆ ਹੈ ਇਹਦੇ ਪੜਦਾਦੇ ਦੇ ਪਿਓ ਨੂੰ ਸਹੀ ਤੇ ਇਹ ਵੀ ਮੇਰੇ ਕੋਲ ਆਇਆ ਹੋਤਾ ਹੈ ਇਹਦੇ ਦਾਦ ਪਿਓ ਦਾ ਰਿਜ਼ਲਟ ਵੀ ਮੇਰੇ ਕੋਲ ਹੈਗਾ ਇਹਦੇ ਦਾਦੇ ਦਾ ਰਿਜ਼ਲਟ ਵੀ ਹੈਗਾ ਇਹਦੇ ਪੜਦਾਦਾ ਜਿਹੜਾ ਸੀ ਜੋਗੀ ਝੋਟਾ ਉਹਦਾ ਰਿਜ਼ਲਟ ਵੀ ਹੈਗਾ ਉਹਦੇ ਜਿਹੜਾ ਪਿਓ ਦਾ ਸੀ ਉਹ ਨਾਥੀ ਝੋਟਾ ਨਸੀਰ ਬੱਟੀ ਵਾਲਾ ਉਹਦਾ ਰਿਜ਼ਲਟ ਵੀ ਹੈ ਸਹੀ ਇਹ ਪੰਜ ਨਸਲਾਂ ਨੂੰ ਜਾਣਨਾ ਜਿਹੜੀ ਦੀ ਮਾਂ ਹੈ ਉਹ ਸ਼ਹਜ਼ਾਦੀ ਜੋਟੀ ਹੈ ਸ਼ਹਜ਼ਾਦੀ ਮੱਝ ਹੈ ਸ਼ਹਜ਼ਾਦੀ ਮੱਝ ਇੱਕ ਬੜੀ ਅੱਛੀ ਮੱਝ ਹੈ ਉਹ ਸਾਰ ਅਜ਼ੀਜ਼ ਬਲੋਚ ਦੀ ਘਰ ਦੀ ਮੱਝ ਹੈ ਉਹ 17 ਦਿਨ ਪਹਿਲੇ ਸੋਵਣ ਤੋਂ 17 ਦਿਨ ਪਹਿਲੇ ਚੂਵਣ ਲੱਗ ਗਈ ਸੀ ਇਹਨਾਂ ਛੱਡਾਂ ਮੈਂ ਦੇ ਵਕਿਆ ਇਹ ਉਸਤਾਦ ਅਜ਼ੀਜ਼ ਮੌਜੂਦ ਹੈ ਉਹਨਦੇ ਕੋਲ ਪੁੱਛ ਲਵਣ ਜਾਂ 17 ਦਿਨ ਪਹਿਲੇ ਮਹੀ ਚੂਵੀ ਜੋ ਮਹੀ ਚੂਜੀ ਤੇ ਮੋੜ ਉਸ ਬਾਅਦ ਮਤਲਬ ਸੋਈ ਇਹਨਾਂ ਛੱਡਾਂ ਮੈਂ ਵਕਿਆ ਜੀ ਭਾਈ ਰਾਸ਼ਿਦ ਝੋਟੇ ਦਾ ਦੱਸੋ ਇਹ ਅਫਸਰ ਸਾਹਿਬ ਜੋਟਾ ਜਿਹੜਾ ਹੈ ਨਾ ਜੀ ਇਹ ਇਹ ਸ਼ਹਜ਼ਾਦਾ ਜੋਟਾ ਹੈ ਜੀ ਤੇ ਆਪਣਾ ਸੌਦ ਅਜ਼ੀਦ ਜਿਹੜੀ ਸ਼ਹਜ਼ਾਦੀ ਮੱਝ ਹੈ ਨਾ ਜੀ ਉਹਦਾ ਪੁੱਤਰ ਹੈ ਮਾਂ ਵਾਲੇ ਪਾਸੋਂ ਤੇ ਜਿਹੜਾ ਦਾ ਪਿਓ ਹੈ ਨਾ ਜੀ ਉਹ ਇੰਦਾ ਜਿਹੜਾ ਪੜਦਾਦੇ ਦਾ ਪਿਓ ਹੈ ਉਹ ਹੈਗਾ ਜੀ ਦਸੀਰੇ ਭੱਟੀ ਵਾਲਾ 나ਥੀ ਜੋਟਾ ਉਹ 나ਥੀ ਜੋਟਾ ਲੈ ਆਂਦਾ ਪੀਰ ਗੁਲਾਬ ਸ਼ਾ ਪੀਰ ਗੁਲਾਬ ਬੋਦਲਾ ਸਾ ਨਵਾਬ ਬੋਦਲਾ ਸਾਹਿਬ ਨੇ ਉਹਦੀ ਜਿਹੜੀ ਮਲਮ ਹੈ ਕਾਲੀ ਮਲ ਜਿਹੜੀ ਛੋਟੀ ਕਾਲੀ ਮਲ ਲਈ ਉਹ ਦਾ ਇਹ ਇਹਦਾ ਜਿਹੜਾ ਪਰਦਾਦਾ ਆ ਨਾ ਜੀ ਉਹ ਕਰਾਸ ਹੋਇਆ ਉਹਦੇ ਤੇ 나ਥੀ ਝੋਟਾ ਉਸ ਮੱਝ ਤੇ ਉਹਨੇ ਚ ਜਮਾ ਜੋਗੀ ਅੱਛਾ ਜੋਗੀ ਝੋਟਾ ਮੋਂ ਮੈਂ ਲੈ ਆਂਦਾ ਉਥੋਂ ਨਾਲ ਕੋਲ ਉਹ ਫਿਰ ਮੈਂ ਦੇ ਨੁਕਰੀ ਮਾਈ ਤੇ ਕਰਾਸ ਕਰਾਇਆ ਹਾਂਜੀ ਉਹਦੇ ਚ ਨੁਕਰਾ ਜਮਾ ਉਹ ਫਿਰ ਨੁਕਰਾ ਮੈਥੋਂ ਉਸਤਾਦ ਅਜ਼ੀਜ਼ ਮੰਗ ਤੇ ਲੈ ਗਿਆ ਹਾਂਜੀ ਤੇ ਉਸਤਾਦ ਅਜ਼ੀਜ਼ ਜਿਹੜਾ ਸੀ ਨਾ ਜੀ ਉਹਨਾਂ ਦੀ ਇੱਕ ਪਿਆਰੀ ਪਿਆਰੀ ਮੱਝ ਆਈ ਪਿਆਰੀ ਕਹਿਲੀ ਪਿਆਰੀ ਅੱਛਾ ਉਹਨੇ ਤੇ ਕਰਾਸ ਕਰਾਇਆ ਤੇ ਉਹਦੇ ਚ ਇਹਦਾ ਪਿਓ ਜਮਾ ਸਹੀ ਤੇ ਉਹ ਮੁਰ ਅਜੀਦ ਨੇ ਹਟ ਤੇ ਆਦੀ ਮੱਜ ਸ਼ਹਜ਼ਾਦੀ ਤੇ ਕਰਾਸ ਕਰਾਇਆ ਤੇ ਉਹਨੇ ਚਫਰੇ ਜਮਾ ਇਹ ਉਹਨਾਂ ਕੋਲ ਫੇਮ ਲੈ ਆਂਦਾ ਇਹ ਤੀਸਰੀ ਮਾਲੀ ਹੈ ਦੋ ਮਾਲੀਆਂ ਦੀ ਆ ਗਈਆਂ ਨੇ ਸਹੀ ਤੀਸਰੀ ਮਾਲੀ ਹੋਣੇ ਨੇ ਕਰਨੀ ਹੈ ਸਿੰਘ ਇਹਦਾ ਕੁਲਾ ਇੱਕ ਤੇ ਇੱਕ ਹਾਂ ਇਹ ਸਿੰਘ ਜਿਹੜਾ ਨਾ ਜਿੰਦਾ ਇਹ ਹੋਇਆ ਇਸ ਕਿ ਜੋ ਛੋਟਾ ਸੀ ਨਾ ਤੇ ਅਸੀਂ ਤੇਲ ਤੂੰ ਦੇਵਨ ਲੱਗੇ ਤੇ ਇਸੇ ਨੂੰ ਥੋੜੀ ਸੱਟ ਲੱਗ ਗਿਆ ਪਹਿਲੇ ਪਾਸੋਂ ਤਾਂ ਥੋੜਾ ਜਿਹਾ ਉਹਨੇ ਨਾਲ ਨਹੀਂ ਲਾਇਆ ਉਲੇ ਪਾਸੇ ਲੱਗ ਗਿਆ ਪਹਿਲੇ ਪਾਸੇ ਨਹੀਂ ਲੱਗਾ ਇਹ ਛੋਟੇ ਹੁੰਦੇ ਦਾ ਇਹ ਥੋੜਾ ਜਿਹਾ ਨੂੰ ਫਾਲਟ ਆਇਆ ਸਹੀ ਇਹ ਝੋਟੇ ਦੇ ਮਹਿਲ ਕਾਫੀ ਤੁਹਾਡੇ ਕੋਲ ਬਲੱਡ ਲਾਈਨਾਂ ਨੇ ਜੀ ਇਹ ਮੇਰੇ ਕੋਲ ਇਹ 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 ਝੋਟਾ ਜਿਹੜਾ ਨਾ ਜੀ ਇਹਦਾ ਇਹ ਮੈਂ ਪੰਜ ਨਸਲਾਂ ਤੋਂ ਜਾਣਨਾ ਪੰਜ ਨਸਲਾਂ ਤੋਂ ਸਹੀ ਇਹਦੇ ਜਿਹੜਾ ਪੜਦਾਦੇ ਦਾ ਪਿਓ ਨੂੰ ਵੀ ਮੈਂ ਵੇਖਿਆ ਹੋਇਆ ਹੈ ਇਹਦੇ ਪੜਦਾਦੇ ਦੇ ਪਿਓ ਨੂੰ ਸਹੀ ਤੇ ਇਹ ਵੀ ਮੇਰੇ ਕੋਲ ਆਇਆ ਹੋਤਾ ਹੈ ਇਹਦੇ ਦਾ ਪਿਓ ਦਾ ਰਿਜ਼ਲਟ ਵੀ ਮੇਰੇ ਕੋਲ ਹੈਗਾ ਇਹਦੇ ਦਾਦੇ ਦਾ ਰਿਜ਼ਲਟ ਵੀ ਹੈਗਾ ਇਹਦੇ ਪੜਦਾਦਾ ਜਿਹੜਾ ਸੀ ਜੋਗੀ ਝੋਟਾ ਉਹਦਾ ਰਿਜ਼ਲਟ ਵੀ ਹੈਗਾ ਉਹਨਾਂ ਦੇ ਜਿਹੜਾ ਪਿਓ ਦਾ ਸੀ ਉਹ ਨਾਥੀ ਝੋਟਾ ਨਸੀਰੇ ਭੱਟੀ ਵਾਲਾ ਉਹਦਾ ਰਿਜ਼ਲਟ ਵੀ ਹੈ ਇਹ ਪੰਜ ਨਸਲਾਂ ਨੂੰ ਜਾਣਨਾ ਜਿਹੜੀ ਦੀ ਮਾਂ ਐ ਉਹ ਸ਼ਹਜ਼ਾਦੀ ਜੋਟੀ ਐ ਸ਼ਹਜ਼ਾਦੀ ਮੱਝ ਐ ਸ਼ਹਜ਼ਾਦੀ ਮੱਝ ਇੱਕ ਬੜੀ ਅੱਛੀ ਮੱਝ ਐ ਉਹ ਉਸਤਾਦ ਅਜ਼ੀਜ਼ ਬਲੋਚ ਦੀ ਘਰ ਦੀ ਮੱਝ ਐ ਉਹ 17 ਦਿਨ ਪਹਿਲੇ ਸੋਵਣ ਤੋਂ 17 ਦਿਨ ਪਹਿਲੇ ਚੂਵਣ ਲੱਗ ਗਈ ਸੀ ਇਹਨਾਂ ਛੱਡਾਂ ਮੈਂ ਵਕਿਆ ਇਹ ਉਸਤਾਦ ਅਜ਼ੀਜ਼ ਮੌਜੂਦ ਐ ਉਹਨਰੇ ਕੋਲ ਪੁੱਛ ਲਵਣ ਜਾਂ 17 ਦਿਨ ਪਹਿਲੇ ਮਹੀ ਚੂਵੀ ਜੋ ਮੈਂ ਚੂਜੀ ਤੇ ਮੋੜ ਉਸ ਬਾਅਦ ਮਤਲਬ ਸੋਈ ਇਹਨਾਂ ਛੱਡਾਂ ਮੈਂ ਵਕਿਆ ਬੜਾ ਮੈਂ ਚੱਗਦਾ ਉਹ ਮਿਹਰਬਾਨੀ ਕੀਤੀ ਉਸਤਾਦ ਅਜ਼ੀਜ਼ ਨੇ ਇਹ ਜੁਟਕਟਾ ਮੈਨ ਦਿੱਤਾ ਤੋਂ ਮੇਰੇ ਦੋ ਮਾਲੀਆਂ ਕਰਾ ਲਈਆਂ ਤੇ ਤੀਸਰੀ ਮਾਲੀ ਹੋਣੀ ਕਰਨੀ ਐ ਜੀ ਆ ਜੀ ਭਾਈ ਰਾਸ਼ਦ ਝੋਟੇ ਦੇ ਉੱਤੇ ਬਰੀਡਰ ਦੇ ਉੱਤੇ ਕਈ ਕਈ ਕਿਸਮ ਦੀਆਂ رائے ਪਾਇਆ ਜਾਂਦੀਆਂ ਕੋਈ ਕਹਿੰਦਾ ਕਿ ਝੋਟਾ ਵਜ਼ਾਹਰ ਖੂਬਸੂਰਤ ਹੋਵੇ ਕੋਈ ਕਹਿੰਦਾ ਕਿ نسل ਆਲਾ ਹੋਵੇ ਫਿਰ ਲੋਕ ਕਹਿੰਦੇ ਕਿ نسل ਦਾ ਪਤਾ ਨਹੀਂ ਲੱਗਦਾ ਇਹਦੇ ਉੱਤੇ ਤੁਸੀਂ ਕੀ ਕਹੋਗੇ ਇਹ ਵੇਖੋ ਜੀ ਹਫਸਾਬ ਇਹ ਹਰ ਕਿਸੇ ਦੀ ਆਦੀ ਆਦੀ ਇੱਕ ਹਰਦੀ ਰਾਇ ਹੁੰਦੀ ਹੈ ਮੇਰੀ ਵੀ ਇੱਕ رائے ਹੈ ਉਹਨੂੰ ਕੋਈ ਮੰਨੇ ਨਾ ਮੰਨੇ ਉਹ ਮੇਰੀ ਵੱਖਰੀ ਗੱਲ ਹੈ ਮੈਂ ਸਮਝਦਾ ਕਿ ਝੋਟਾ ਨਸਲੀ ਹੋਣਾ ਚਾਹੀਦਾ ਹੈ ਸ਼ਕਲ ਆ ਝੋਟੇ ਦਾ ਕੋਈ ਤਾਲਕ ਨਹੀਂ ਹੋਣਾ ਚਾਹੀਦਾ ਨਸਲੀ ਝੋਟਾ ਹੋਣਾ ਚਾਹੀਦਾ ਤੇ ਉਹਦੇ ਨਾਲ ਉਹ ਜੋ ਉਹ ਬ੍ਰੀਡਰ ਹੈ ਤੁਹਾਡਾ ਉਹ ਹੀ ਫਿਊਚਰ ਹੈ ਤੁਹਾਡਾ ਸ਼ਕਲ ਤੁਸੀਂ ਅੱਜਕੱਲ ਦਾ ਤਾਂ ਟ੍ਰੈਂਡ ਚੇਂਜ ਹੋ ਗਿਆ ਹੈ ਅੱਜਕੱਲ ਲੋਕ ਸ਼ਕਲ ਨੂੰ ਪਸੰਦ ਕਰਦੇ ਨਸਲ ਨੂੰ ਪਸੰਦ ਨਹੀਂ ਕਰਦੇ ਹਾਂਜੀ ਸ਼ਕਲ ਵਾਲਾ ਝੋਟਾ ਹੋਵੇ ਭਾਵੇਂ ਮੰਡੀ ਤੋਂ ਲੈ ਲਓ ਸਹੀ ਇੱਕ ਹੀ ਗੱਲ ਹੋਈ ਨਸਲ ਹੋਣੀ ਚਾਹੀਦੀ ਹੈ ਨਸਲ ਹੋਣ ਤੁਸੀਂ ਪੀਰ ਸਰਾਰ ਸਾਹਿਬ ਦਾ ਵੀ ਇੰਟਰਵਿਊ ਲਿਆ ਉਹਦੇ ਚ ਉਹ ਹੀ ਗੱਲ ਕਰਦੇ ਪਏ ਨੇ ਕਿ ਜਿਹੜੇ ਪੁਰਾਣੇ ਝੋਟੇ ਹੁੰਦੇ ਆਏ ਉਹ ਐਡੇ ਖੂਬਸੂਰਤ ਨਹੀਂ ਹੁੰਦੇ ਆ ਨਸਲੀ ਹੁੰਦੇ ਆ ਅਗਾ ਉਹਨਾਂ ਦੇ ਬੱਚੇ ਬੜੇ ਖੂਬਸੂਰਤ ਹੁੰਦੇ ਆ ਬੱਚੇ ਉਹਨਾਂ ਦੇ ਨਾ ਜੀ ਮੱਝਾਂ ਜਿਹੜੇ ਨੇ ਬੜੀਆਂ ਖੂਬਸੂਰਤ ਤੇ ਬੜੇ ਰਿਕਾਰਡ ਆਫਤਾ ਮੱਝਾਂ ਬਣਨੀਆਂ ਤੇ ਮੈਂ ਵੀ ਇਹ ਕਹਾਣਾ ਕਿ ਜਿਹੜਾ ਨਾ ਜੀ ਨਸਲ ਹੋਣੀ ਚਾਹੀਦੀ ਏ ਨਸਲ ਨੂੰ ਬੰਦਾ ਫੋਲੋ ਕਰੇ ਸ਼ਕਲ ਜਿਹੜੀ ਹੈ ਨਾ ਜੀ ਉਹ ਹੋ ਜਾਵੇ ਤਾਂ ਬਿਹਤਰ ਗੱਲ ਹੈ ਪਰ ਸ਼ਕਲ ਨਾਲੋਂ ਨਸਲ ਜ਼ਿਆਦਾ ਅਮੀਅਤ ਰੱਖਦੀ ਹੈ ਨਸਲ ਨੂੰ ਤੁਸੀਂ ਕਰੋ ਸ਼ਕਲ ਨੂੰ ਨਹੀਂ ਵਕਤ ਦੇ ਨਾਲ-ਨਾਲ ترਜੀਹਾਂ ਆਰ ਬਦਲਦੀਆਂ ਰਹਿੰਦੀਆਂ ਆ ਹੁਣ ਅੱਜਕੱਲ ਜਿਹੜਾ ਨਾ ਜੀ ਲੋਕ ਉਹ ਸ਼ਕਲ ਨੂੰ ਪਸੰਦ ਕਰਦੇ ਨੇ ਨਸਲ ਨੂੰ ਪੈਮਾਨਾ ਚੇਂਜ ਹੋ ਗਿਆ ਸਹੀ ਪੈਮਾਨਾ ਚੇਂਜ ਹੋ ਗਿਆ ਅੱਗੇ ਚੰਗੀ ਚੀਜ਼ ਦਾ ਪੈਮਾਨਾ ਹੋਰ ਸੀ ਹੁਣ ਹੋਰ ਪੈਮਾਨਾ ਹੋ ਗਿਆ ਜਰਾ ਤਫਸੀਲ ਜੇ ਦੱਸੋ ਤੇ ਇਸ ਤੇ ਤਫਸੀਲ ਵਿੱਚ ਤੁਹਾਨੂੰ ਇੱਕ ਮਿਸਾਲ ਦਿੰਦੇ ਆ ਕਿ ਉਹ ਇਹ ਹੈ ਕਿ ਜੀ ਅੱਗੇ ਪੁਰਾਣਾ ਜ਼ਮਾਨਾ ਸੀ ਨਾ ਜੀ ਉਹ ਲੋਕ ਜਿਹੜਾ ਲੋਕ ਬੰਦਾ ਕੰਮ ਕਰਦਾ ਹਾ ਉਹਨੂੰ ਪਸੰਦ ਕਰਦੇ ਆ ਹਾਂਜੀ ਕਿ ਇਹ ਬੰਦਾ ਕੰਮ ਕਰਦਾ ਯਾਰ ਇਹਦਾ ਟੱਬਰ ਸਾਹ ਵੀ ਬੈਠਾ ਹੈ ਇਹ ਆਹ ਜਿਹੜਾ ਨਾ ਜੀ ਇਹਦਾ ਮਾਲ ਸਾਹ ਵੀ ਬੈਠਾ ਹੈ ਕੰਮ ਕਰਦਾ ਇਹਨੇ ਬੜਾ ਜਿਹੜਾ ਨਾ ਜੀ ਆਦੇ ਖਾਨਦਾਨ ਨੂੰ ਅੱਗੇ ਲੈ ਗਿਆ ਅੱਜ ਹੀ ਜਿਹੜਾ ਨਾ ਉਹ ਬੰਦਾ ਪਸੰਦ ਕਰਦਾ ਜਿਹੜਾ ਚਿੱਟੀ ਸਲਵਾਰ ਕਮੀਜ਼ ਪਾਈ ਹੋਈ ਹੋਵੇ ਤੇ ਬਸ ਗੱਡੀ ਚੋਂ ਨਿਕਲੇ ਭਾਵੇਂ ਕੱਖ ਤੋੜ ਤੇ ਡੋਰਾ ਨਾ ਕਰਿਓ ਆਂ ਜੀ ਬੜਾ ਬੰਦਾ ਆ ਗਿਆ ਸਹੀ ਉਸ ਤਰ੍ਹਾਂ ਝੋਟਿਆਂ ਦਾ ਵੀ ਇਹ ਹੈ ਕਿ نسل ਨੂੰ ਨਹੀਂ ਵੇਖਦੇ ਸ਼ਕਲ ਵੇਖ ਲੈਂਦੇ ਨੇ ਸ਼ਕਲ ਬੜਾ ਝੋਟਾ ਹੈ ਜੀ ਬੜਾ ਝੋਟਾ ਆ ਗਿਆ ਉਹਦੀ ਭਾਵੇਂ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਉਹਦਾ ਕੋਈ ਪਤਾ ਨਹੀਂ ਆਗਾ ਪਿੱਛੇ ਨਸਲ ਨੂੰ ਨਹੀਂ ਪਸਾ ਵੇਖਦੇ ਸ਼ਕਲ ਵੇਖਦੇ ਤੇ ਮਹੀਂ ਛੱਡ ਲੈਂਦੇ ਨੇ ਉਹਦਾ ਨੁਕਸਾਨ ਕੀ ਹੁੰਦਾ ਨੁਕਸਾਨ ਹੁੰਦਾ ਜੇ ਤੁਹਾਡੇ ਕਟੀਆਂ ਆਂਦੀਆਂ ਨੇ ਉਹ ਬੰਦਾ ਸ਼ੌਕ ਹੀ ਛੱਡ ਦਿੰਦਾ ਸਹੀ ਮੋੜਾਂ ਦੇ ਨਹੀਂ ਜੀ ਤੇ ਝੋਟੇ ਹੀ ਗੰਦੇ ਆ ਤੇ ਨੀਲੀ ਮਹੀਂ ਨਹੀਂ ਚੰਗੀ ਤੇ ਰਾਬੀ ਮਹੀਂ ਨਹੀਂ ਚੰਗੀ ਜਾਂ ਫਲਾਨੀ ਮਹੀਂ ਨਹੀਂ ਚੰਗੀ ਤੇ ਗਾਂ ਚੰਗੀ ਮੈਂ ਦੁੱਧ ਨਹੀਂ ਦਿੰਦੀ ਐਵੇਂ ਨਹੀਂ ਹੋਣਾ ਚਾਹੀਦਾ ਬਜ਼ੁਰਗ ਜਿਹੜੇ ਹੁੰਦੇ ਸਨ ਨਾ ਬੜਾ ਨਸਲ ਨੂੰ ਵੇਖਦੇ ਆ ਬੜਾ ਪਿਛਾ ਜਾਤ ਵੇਖਦੇ ਆ ਸਹੀ ਕਿ ਕੀ ਚੀਜ਼ ਹੈ ਕੀ ਨੇ ਮੜੋ ਉਸ ਵਾਰ ਝੋਟਾ ਛੱਡਣਾ ਝੋਟਾ ਛੱਡਣ ਦਾ ਝੋਟੇ ਦਾ ਹੀ ਸਾਰਾ ਰੋਲਾ ਹੈ ਤੁਸੀਂ ਅਗਰ ਨਸਲ ਬਣਾਵਣੀ ਹੈ ਤੁਸੀਂ ਔਖਾ ਕੰਮ ਹੀ ਹੈ ਇੱਕ ਝੋਟਾ ਤੁਸੀਂ ਸਿਲੈਕਟ ਕਿਵੇਂ ਕਰਦੇ ਜੀ